ਜੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਕੀ ਹਾਲ ਹੈ ਸਾਰੇ ਦਾ ਇਹੋ ਠੀਕ ਠਾਕ ਹੋਵੇਗਾ ਤੁਮ ਕਰਦੇ ਹੋ ਤੁਹਾਨੂੰ ਆਪਣੇ ਚੈਨਲ ਤੇ ਪ੍ਰੀਤ ਬਾਨੀ ਰਿਐਕਟਸ ਤੇ ਬਹੁਤ ਬਹੁਤ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਕਿ ਤੁਸੀਂ ਸਾਨੂੰ ਹਮੇਸ਼ਾ ਦੀ ਤਰ੍ਹਾਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਗਾਇਸ ਸਾਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਤੁਹਾਨੂੰ ਸਾਰਿਆਂ ਨੂੰ ਦਿਲੋਂ ਥੈਂਕ ਯੂ ਪਰ ਜਿਹੜੇ ਸਾਡੇ ਚੈਨਲ ਤੇ ਸਪੈਸ਼ਲੀ ਆਉਂਦੇ ਨੇ ਸਾਡੀ ਵੀਡੀਓਜ਼ ਦੇਖਦੇ ਨੇ ਪੂਰੀ ਪੂਰੀ ਵੀਡੀਓਜ਼ ਦੇਖਦੇ ਨੇ ਇੰਜੋਏ ਕਰਦੇ ਨੇ ਕਮੈਂਟ ਵੀ ਕਰਦੇ ਨੇ ਪਰ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਤੇ ਪਲੀਜ਼ ਇਹ ਸਾਡੀ ਛੋਟੀ ਜਿਹੀ ਸ਼ਿਕਾਇਤ ਇਹਨੂੰ ਕਰ ਦਿਓ ਪੂਰਾ ਜਾ ਕੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਦਬਾਣਾ ਨਾ ਭੁੱਲਣਾ ਕਿਉਂਕਿ ਉਹਦੇ ਕਰਕੇ ਵੀਡੀਓਜ਼ ਦੀ ਨੋਟੀਫਿਕੇਸ਼ਨਸ ਆਣਗੀਆਂ ਬਾਕੀ ਗਾਇਸ ਅੱਜ ਲੈ ਕੇ ਹਾਜ਼ਰ ਹੋਏ ਆ ਇੱਕ ਹੋਰ ਵਧੀਆ ਜੀ ਮਜ਼ੇਦਾਰ ਜੀ ਡਰਾਮੇਬਾਜ਼ ਵਾਲੀ ਵੀਡੀਓ ਡਰਾਮੇ ਦਾ ਟਾਈਟਲ ਉਸ ਤਰ੍ਹਾਂ ਤੇ ਕੁਝ ਹੈ ਨਹੀਂ ਪਰ ਜਿਹੜਾ ਡਰਾਮਾ ਹੈ ਉਹ ਹੈਗਾ ਸੁਹੇਲ ਅਹਿਮਦ ਵਰਸਸ ਅਮਾਨੁੱਲਾ ਖਾਨ ਸਾਹਿਬ ਦੀ ਇੱਕ ਨਾਰਮਲ ਇੱਕ ਡਰਾਮੇ ਦੀ ਵੀਡੀਓ ਹੈ ਇੱਕ ਡਰਾਮਾ ਸਪੈਸ਼ਲ ਕਹਿ ਸਕਦੇ ਹੋ ਅਮਾਨੁੱਲਾ ਖਾਨ ਸਾਹਿਬ ਵਰਸਸ ਸੁਹੇਲ ਅਹਿਮਦ ਸਾਹਿਬ ਸਪੈਸ਼ਲ ਕਹਿ ਸਕਦੇ ਹੋ ਤੇ ਵੀਡੀਓ ਸਟਾਰਟ ਕਰਦੇ ਹਾਂ ਦੂਜੇ ਪਾਸੇ ਮਿਲਦੇ ਹਾਂ ਰਿਐਕਸ਼ਨ ਕਰਦੇ ਹਾਂ ਤੇ ਕਰਦੇ ਸ਼ੁਰੂ ਇੰਤਹਾਈ ਬਦਤਮੀਜ਼ ਆਦਮੀ ਹੈ ਤੂੰ ਤੇ ਤੂੰ ਵੀ ਅੱਛਾ ਉਧਰ ਕੋਈ ਗੱਲ ਸ਼ੁਰੂ ਹੋ ਚੁੱਕੀ ਹੈ ਆਡੀਅੰਸ ਦੇ ਵਿੱਚ ਲਾਂਤੀਆ ਇਹ ਕਿਹੋ ਜਿਹੀਆਂ ਗੱਲਾਂ ਕਰਨ ਡਿਆ ਸਰ ਤੁਹਾਨੂੰ ਆਵਾਰੀ ਦੀ ਰੋਟੀ ਕਿੱਥੋਂ ਖਵਾਏਗਾ ਤੇਰੀ ਵਜ੍ਹਾ ਤੋਂ ਤੇਰੀਆਂ ਬਦਤਮੀਜ਼ੀਆਂ ਤੋਂ ਮੈਂ ਘਬਰਾ ਕੇ ਉਹਨੂੰ ਆਵਾਰੀ ਦੀ ਦਾਵਤ ਦੇ ਦਿੱਤੀ ਹੈ ਜਾਹਲ ਆਦਮੀ ਇਹ ਹੋਈ ਮੈਂ ਸੋਚਣ ਡਿਆ ਟਕਾ ਮੇਰੇ ਕੋਲ ਨਹੀਂ ਹੈਗਾ ਪੈਸੇ ਕਿੱਥੋਂ ਆਣਗੇ ਪੈਸੇ ਕਿੱਥੋਂ ਆਣਗੇ ਇਹ ਹੋਈ ਗੱਲ ਤੇ ਗਰੀਬ ਆਦਮੀ ਸੌਂਦਾ ਸੋਚਦਾ ਸੋਚਦਾ ਸੌਂ ਜਾਂਦਾ ਅੱਖ ਖੁੱਲਦੀ ਹੈ ਉਹ ਸਾਲ ਸਾਹਮਣੇ ਖੜੋਤਾ ਮੈਂ ਪੈਸੇ ਕਿੱਥੋਂ ਆਣ ਸਹੀ ਗੱਲ ਗਰੀਬ ਆਦਮੀ ਦੇ ਘਰ ਤੇ ਬੇਟਾ ਪੈਦਾ ਹੋ ਜਾਵੇ ਬਜਾਏ ਖੁਸ਼ੀ ਮਨਾਉਣ ਦੇ ਸੋਚਣ ਡਿਆ ਹੁੰਦਾ ਇਹਨੂੰ ਪੜਾਉਣ ਲਿਖਾਉਣ ਲਈ ਪੈਸੇ ਕਿੱਥੋਂ ਆਣਗੇ ਗਰੀਬ ਆਦਮੀ ਦਾ ਪਿਓ ਮਰ ਜਾਏ ਤੇ ਬਜਾਏ ਰੋਣ ਦੇ ਸੋਚਣ ਡਿਆ ਆਪੇ ਨੂੰ ਦਫਨਾਉਣ ਵਾਸਤੇ ਪੈਸੇ ਕਿੱਥੋਂ ਆਣਗੇ ਕੁੱਲਾਂ ਵਾਸਤੇ ਪੈਸੇ ਕਿੱਥੋਂ ਆਣਗੇ ਖਤਮ ਕਰਾਉਣ ਵਾਸਤੇ ਪੈਸੇ ਕਿੱਥੋਂ ਹਾਂ ਯਾਰ ਇਹ ਤੇ ਸਾਰੇ ਪਾਕਿਸਤਾਨ ਦੀ ਪ੍ਰੋਬਲਮ ਹੈ ਪੈਸੇ ਕਿੱਥੋਂ ਆਣਗੇ ਰੋਟੀ ਖਾਣੀ ਹੋ ਹਾਲਾਂਗੇ ਪੈਸੇ ਕਿੱਥੋਂ ਆਣਗੇ ਇਹ ਤਾਂ ਦਾ ਸਖੀਆ ਅੱਲਾ ਦੇ ਨਾਮ ਤੇ ਦੇ ਦੇ ਸਖੀਆ ਨੂੰ ਫਕੀਰ ਨੂੰ ਵੀ ਦੇ ਦੇ ਬੱਚਾ ਉਹ ਤੁਹਾਡੇ ਕੋਲ ਕੋਈ ਪੈਸਾ ਹੈ ਤੇ ਫਕੀਰ ਦੀ ਝੋਲੀ ਪਾ ਦਿਓ ਜੇ ਹਾਲਾਤ ਬਹੁਤ ਬੁਰੇ ਨੇ ਤੇ ਬਾਬਾ ਮਾਫ ਕਰ ਕਹਿ ਕੇ ਆਪਣਾ ਵੀ ਤੇ ਫਕੀਰ ਦਾ ਟਾਈਮ ਬਚਾਓ ਬਿਕੋਜ਼ ਟਾਈਮ ਇਜ਼ ਮਨੀ ਬੜੇ ਲਿਖੇ ਫਕੀਰ ਲੱਗਦੇ ਹੋ ਮੈਂ ਸਿਰਫ ਫਕੀਰ ਆ ਬੱਚਾ ਪੜ੍ਹੇ ਲਿਖੇ ਫਕੀਰ ਇਸਲਾਮਾਬਾਦ ਚ ਬੈਠੇ ਨੇ ਫਰਕ ਸਿਰਫ ਇਹਨਾਂ ਅਸੀਂ ਦੁਆਵਾਂ ਦੇ ਕੇ ਮੰਗਨੇ ਆ ਉਹ ਤੜੀ ਲਾ ਕੇ ਮੰਗਦੇ ਨੇ ਮੈਨੂੰ ਜਲਦੀ ਜਲਦੀ ਖੈਰ ਖੈਰ ਖਰਾਤ ਪਾ ਦੇ ਬੱਚਾ ਅਕੋ ਮੈਂ ਵੀ ਆਪਣਾ ਸਦਕਾ ਕੱਢਣਾ ਲੈਣ ਵਾਲੇ ਆਏ ਬੈਠੇ ਬਾਬਾ ਜੀ ਹਾਂਜੀ ਮਾਫ ਕਰੋ ਸਾਡੇ ਕੋਲ ਤੇ ਜ਼ਹਿਰ ਖਾਣ ਵਾਸਤੇ ਪੈਸੇ ਨਹੀਂ ਹੈਗੇ ਨਹੀਂ ਏਡੇ ਵੀ ਨਹੀਂ ਮਰੇ ਯਾਰ ਕਿੰਨਾ ਖਾਣੇ ਜਾ ਕਿਹੜਾ ਖਾਣੇ ਫੁੜ ਕੇ ਮਰਨ ਵਾਲਾ ਯਾ ਤੜਪ ਤੜਪ ਬੰਦੇ ਇਹ ਸਹੀ ਕਹਿਣ ਦੇ ਆ ਬੱਚਾ ਤੈਨੂੰ ਜ਼ਹਿਰ ਦੀ ਕੀ ਲੋੜ ਹੈ ਨੀਲਾ ਫੋਤਾ ਤੇ ਤੂੰ ਨਾਲ ਲਈ ਫਿਰਨ ਦੇ ਬਾਬਾ ਜੀ ਇਹ ਤੇ ਮਜ਼ਾਕ ਕਰਨ ਦਿਆ ਮੈਂ ਤੁਹਾਨੂੰ ਸਹੀ ਕਹਿ ਰਿਹਾ ਸਾਡੇ ਕੋਲ ਜ਼ਹਿਰ ਖਾਣ ਵਾਸਤੇ ਵੀ ਪੈਸੇ ਨਹੀਂ ਹੈਗੇ ਔਰ ਕਦੀ ਹੋਣਗੇ ਵੀ ਨਹੀਂ ਬਦੂਆ ਵਾਲਾ ਦਿਓ ਬਾਬਾ ਜੀ ਬਦੂਆ ਨਹੀਂ ਦੇ ਰਿਹਾ ਬੱਚਾ ਤਜਰਬੇ ਦੀ ਰੋਸ਼ਨੀ ਚ ਗੱਲ ਕਰ ਰਿਹਾ ਦੌਲਤਮੰਦ ਹੋਣ ਵਾਸਤੇ ਜ਼ਰੂਰਤ ਔਰ ਹੌਸਲਾ ਪਹਿਲੀ ਸ਼ਰਤੇ ਕਿਉਂਕਿ ਕਿਸੇ ਦੇ ਅੱਗੇ ਹੱਥ ਫਲਾਉਣ ਵਾਸਤੇ ਹੌਸਲਾ ਕਿਸੇ ਕੋਲ ਪੈਸਾ ਖੋਣ ਵਾਸਤੇ ਜ਼ਰੂਰਤ ਚਾਹੀਦੀ ਏ ਉਹ ਤੁਹਾਡੇ ਕੋਲ ਨਹੀਂ ਬਾਬਾ ਜੀ ਬਹੁਤ ਅੱਛੀਆਂ ਗੱਲਾਂ ਤੁਸੀਂ ਕੀਤੀਆਂ ਮੈਂ ਬੜਾ ਮੁਤਾਸਰ ਹੋਇਆ ਤੁਹਾਡੇ ਕੋਲ ਚਲੋ ਨਿਕਲੋ ਚਲੋ ਤੁਸੀਂ ਮੈਨੂੰ ਸਮਝਿਆ ਕੀ ਹੈ 250 ਫਕੀਰ ਮੇਰੇ ਥੱਲੇ ਕੰਮ ਕਰਦਾ ਚਾਰ ਕਮਰਸ਼ਲ ਪਲਾਜ਼ੇ ਮੇਰੇ ਆਪਣੇ 8 ਕੋਠੀਆਂ ਡਿਫੈਂਸ ਵਿੱਚ ਹਰ ਬੈਂਕ ਦੇ ਵਿੱਚ ਮੇਰਾ ਅਕਾਊਂਟ ਇੱਕ ਬੈਂਕ ਮੇਰੇ ਤੇ ਸਾਥੀ ਪਲਾਨ ਹੋ ਰਿਹਾ ਹੈ ਬਾਬਾ ਜੀ ਇਸ ਤੋਂ ਪਹਿਲੇ ਕਿ ਅਸੀਂ ਅਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਈਏ ਇੱਥੋਂ ਨਿਕਲ ਜਾਓ ਸ਼ਿਕਾਰ ਖਾਤਰ 1 ਮਿੰਟ ਬੱਚਾ ਮੈਂ ਚਲਾ ਜਾਣਾ ਹੈਲੋ ਹਾਂ ਬਈ ਪਾਰਟੀ ਸੈਕਟਰ ਜਵੇਦ ਕੀ ਹਾਲ ਹੈ ਪੁੱਤਰ ਇਹ ਸਾਰੇ ਫਕੀਰ ਆਪਣੇ ਆਪਣੇ ਅੱਡਿਆਂ ਤੇ ਬੈਠੇ ਨੇ ਇਹਨਾਂ ਦਾ ਧਿਆਨ ਰੱਖਿਆ ਕਰ ਪਰਸੋਂ ਤਿੰਨ ਫਕੀਰ ਆਪਣੇ ਅੱਡੇ ਤੋਂ ਗਾਇਬ ਹੋ ਕੇ ਮੂਨ ਲਾਈਟ 'ਚ ਫਿਲਮ ਵੇਖਣ ਡਏ ਸਨ ਉਹ ਮੈਨੂੰ ਕਿਵੇਂ ਪਤਾ ਮੈਂ ਉਹਨਾਂ ਦੀ ਪਿਛਲੀ ਸੀਟ ਤੇ ਬੈਠਾ ਸੀ ਬੜਾ ਅਮੀਰ ਆਦਮੀ ਲੱਗਦਾ ਇਹਦੇ ਕੋਲ ਆਵਾਰੀ ਹੋਟਲ ਦੇ ਪੈਸੇ ਨਿਕਲ ਸਕਦੇ ਨੇ ਤਰਕੀਬ ਨੰਬਰ 24 ਓਕੇ ਤਰਕੀਬ ਨੰਬਰ 24 ਤੁਸੀਂ ਜੋ ਰਹਿ ਜਾ ਰਹੇ ਹੋ ਉਹ ਤੈਨੂੰ ਰੋਣ ਦੀ ਕੀ ਲੋੜ ਹੈ ਤੇਰਾ ਤੇ ਮੂੰਹ ਰੋਂਦੇ ਆ ਰਗਾਈਏ ਲਾਂਤੀਆ ਬਾਬਾ ਜੀ ਤੁਹਾਨੂੰ ਕੀ ਦੱਸ ਕੇ ਮੈਂ ਇੱਕ ਲੜਕੀ ਨਾਲ ਪਿਆਰ ਕਰ ਲਿਆ ਜੀ ਉਹਨੂੰ ਮੈਂ ਆਵਾਰੀ ਹੋਟਲ ਦੀ ਦਾਵਤ ਦੇ ਦਿੱਤੀ ਮੇਰੇ ਕੋਲ ਟਗਾ ਨਹੀਂ ਹੈਗਾ ਬਸ ਇੰਨੀ ਗੱਲ ਹੈ ਡੋਂਟ ਵਰੀ ਮਾਈ ਬੁਆਇਸ ਅੱਜ ਦਾ ਡਿਨਰ ਮੇਰਾ ਚਾਈਨੀਜ਼ ਹੋਟਲ ਵਿੱਚ ਸ਼ਡਿਊਲ ਹੈ ਤੁਸੀਂ ਤਾਂ ਮੈਂ ਉੱਥੇ ਆ ਜਾਣਾ ਜਿਹੜੀ ਤੇ ਦੋਸਤ ਹੈ ਕੀ ਨਾ ਹੈ ਉਹਦਾ ਉਹਨੂੰ ਵੀ ਉੱਥੇ ਲੈ ਵੈਰੀ ਗੁੱਡ ਇਹ ਮਸਲਾ ਤੇ ਹੱਲ ਹੋ ਗਿਆ ਲੈ ਵੀ ਬਾਬੇ ਵੀ ਸ਼ੌਕੀਨ ਹੀ ਹੋਟਲਾਂ ਦੀ ਰੋਟੀ ਖਾਂਦਾ ਤੇ ਤੇਰੀ ਹਨੀ ਨੂੰ ਵੀ ਸ਼ੌਕ ਹੋਟਲਾਂ ਦੀ ਰੋਟੀ ਖਾਂਦਾ ਰੋਟੀ ਖਾਂ ਤੋਂ ਬਾਅਦ ਹਨੀ ਦੀ ਬਾਹ ਇਹਦੇ ਹੱਥ ਫੜਾ ਦੇ ਕੀ ਬਕਵਾਸ ਕਰਨ ਦੇ ਹੈ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ ਹੈ ਵਾਰੀ ਹੋਟਲਾਂ ਦਾ ਮਸਲਾ ਤਾਂ ਤੁਸੀਂ ਹੱਲ ਕਰ ਦਿੱਤਾ ਹੈ 1500 ਨਕਦ ਵੀ ਦੇ ਦਿੰਦੇ ਸੀ ਚਮੇੜ ਮਾਰਨੀ ਹੈ ਤੇਰੇ ਐਡੇ ਐਡੇ ਘਰ ਚ ਖਲੋ ਕੇ ਬਾਬੇ ਕੋਲੋਂ 1500 ਮੰਗਣ ਦੇ ਆ ਉਹ ਮੇਰੇ ਕੋਲੋਂ ਮੰਗਣੇ ਤੇ ਲੱਖ 2 ਲੱਖ ਮੰਗ ਬੱਚਾ ਓਏ ਹਜ਼ਾਰ ਹਜ਼ਾਰ ਦੇ ਨੋਟ ਓਏ ਇਹਨੂੰ ਲੁੱਟ ਲੈ ਕੀ ਨੰਬਰ 44 ਅੱਗੇ ਉਹ
अपनी इमानदारी नाल दस पप्पू एहो जिहा हुंदा आ पप्पू एहो जिहा तां बग्गा के हो जिहा होवेगा ओए अप्पा जी पछाणो ते सही याद करो इनकार करता मेनु कुछ याद नहीं आ रहा मेनु कुछ याद याद आ रहा है रोपे तो की कमाई देने रोना तो मेनू चाहिए जिनू है भुनी औलाद मिलन डी आबा जी हनेरी रात तेस की डंडे आबा जी नहीं तुम घर लिया पी तुम सू बचा तेरे मेरे प्यार का ऐसा नाता है देख तेरी सूरत दिल को चैन आता है तेरे मेरे प्यार का ऐसा नाता है क्या बात मेरे प्यार आ गया यार आ गया यार सूरत तेरी दिल को चैन आता है तेरे मेरे प्यार का ऐसा नाता है देख के सूरत तेरी मुझको खौफ आता है नवी फैसल मुबारक होवे तेरा आपा लभ गया मेरा नहीं लभा मेरिया सारिया परेशानियां मुक गई सारे दुख मिट गए एक परेशानी रह गई पुत्र अब्बा जी की कीता से रोटी खा गए रज के सानू पता ही नहीं डकार की हुंदा उन्हें डकार मारिया असी डर गए मैं कादी आवाज है इन्हें खाके वेखे मैं आलू रोटी रखी जमीन ते पानी पीन गया आलू वाले तो मोटरसाइकिल लंघी है टायर का निशान बन गया मैं टायर वाला निशान ही खाता चलो मोटरसाइकिल वाले आलू खाते ने मेरी स्पीड तेज हो गई अब जी मैं कभी भूल के हाथ में इंज कड़ाके कटने इंज करा इंज से आपे तुर पैंदा मैं अब जी मोटा जो पाई सी पारा जहा मैं क्या मैं रोटी खानी कहना मेरे को केक नहीं वाई थी पहले केक मार मैं केक मारी तो फिर उन्हें रोटी खानी गुरबत देखी अब जी सानू तो कोई पेचा नहीं सी बेखत देता पेचा नहीं खा तूने थले दौड़ कर मेरे पुत्र जिथों धुआं निकलन डे सिर वाड़ हलवाई
ਪਤੀ ਚੂਰਾ ਨੇ ਪਾਲੇ ਇਹਨਾਂ ਨੂੰ ਭਾਜੀ ਹਲਵਾਈ ਲੈ ਗਏ ਸਨ ਇਹਨੂੰ ਵੀ ਲੈ ਗਏ ਸਨ ਮੈਂ ਮਠਿਆਈ ਚ ਬੈਠਾ ਰਿਹਾ ਇਹ ਮੱਖੀਆਂ ਨਾਲ ਫੇਰਦਾ ਰਿਹਾ ਵੱਡਾ ਗੁਰੂ ਪਰੇਸ਼ਾਨ ਵੀ ਤੇ ਹੁੰਦੇ ਆ ਚੁੱਕਿਆ ਕਿਥੋਂ ਮੇਰੀ ਹਾਲਾਤ ਹੈ ਇੰਨਾ ਵਿਹਾਰ ਗੰਦਾ ਮੈਂ ਇੱਕ ਵਾਰੀ 500 ਰੁਪਇਆ ਫੜਿਆ ਗੌਰਮੈਂਟ ਦਾ ਹੈਲੀਕਾਪਟਰ ਰਾਤ ਨੂੰ ਉੱਤੋਂ ਲਾਈਟ ਮਾਰੇ ਗਏ ਜਿੰਨਾ ਮਰਜ਼ੀ ਖਰਚਾ ਕਰੋ ਤੁਹਾਨੂੰ ਪਤਾ ਮੇਰੀ ਔਲਾਦ ਮੈਨੂੰ ਮਿਲ ਗਈ ਇਹ ਤੋਂ ਵੱਡੀ ਕਿਹੜੀ ਐਸੀ ਗੱਲ ਹੈ ਜੀ ਮੈਂ ਰੋਹ ਦਾ ਗਲਾਸ ਨੀ ਦੋ ਦਿਨ ਰੋਟੀ ਡੋਬ ਡੋਬ ਕੇ ਖਾਂਦਾ ਪੁੱਤਰ ਮੈਨੂੰ ਇਹ ਦੱਸੋ ਤੁਹਾਡੀ ਮਾਂ ਕਿੱਥੇ ਦੱਸਦਾ ਕਿਉਂ ਨੀ ਮਾਂ ਕਿੱਥੇ ਹੀ ਅੱਬਾ ਜੀ ਪੈਸੇ ਕਿਹਨੂੰ ਫੜਾਏ ਜੇ ਇਹਨੂੰ ਉਹਨੂੰ ਪੁੱਛੋ ਮਾਂ ਕਿੱਥੇ ਪੁੱਤਰਾ ਅੱਬਾ ਜੀ ਮੇਰੇ ਵਾਲੀ ਤੇ ਗੁਆਚ ਗਈ ਉਹ ਤੇਰੀ ਐ ਖਲੋਤੀ ਤੁਸੀਂ ਸਾਨੂੰ ਪਛਾਣ ਤੋਂ ਇਨਕਾਰ ਕਰਦੇ ਸਾਡੇ ਖਰਚੇ ਬੰਦ ਹੋ ਗਏ ਘਰੋਂ ਬੇਕਾਰ ਹੋ ਗਏ ਦੁਨੀਆ ਦੀ ਮਹਿੰਗਾਈ ਟ੍ਰੈਫਿਕ ਬਦਨਸਮੀ ਦੇ ਵਿੱਚ ਆਪਾਂ ਜੀ ਬੰਦੇ ਨੂੰ ਬੰਦਾ ਪਛਾਣਦਾ ਕੋਈ ਨੀ ਇੱਕ ਔਰਤ ਤਿੰਨ ਬੱਚੇ ਇੱਕ ਮੇਰੀ ਭੈਣ ਵੀ ਸੀ ਉਹਨੇ ਉਹ ਵੀ ਨੀ ਲੱਭੀ ਮਾਂ ਵੀ ਨੀ ਲੱਭੀ ਆਪਾਂ ਜੀ ਫਕੀਰ ਦੀ ਔਲਾਦ ਆ ਤੇ ਉਹਨੂੰ ਰਿਸ਼ਤਾ ਕਿਸੇ ਨੇ ਨੀ ਦੇਣਾ ਆਪਾਂ ਜੀ ਕਿਸੇ ਨੂੰ ਦੱਸਣਾ ਨਾ ਤੁਸੀਂ ਸਾਡੇ ਪਿਓ ਵਾ ਮੈਂ ਲੱਖਾਂ ਲਾ ਕੇ ਵੀ ਪਿਓ ਨਹੀਂ ਹਾਂ ਯਾਰ ਮੇਰੇ ਮਾਂ ਯਕੀਨ ਹੋ ਗਿਆ ਤੂੰ ਮੇਰਾ ਪੁੱਤਰ ਮੇਰੇ ਅੰਦਰ ਵਾਲੇ ਪੈਸਿਆਂ ਦਾ ਵੀ ਧਿਆਨ ਜਾਣਦੇ ਮੂੰਹ ਤੇ ਮਾਰੋ ਚੁੱਕਾ ਵੀ ਗੱਲਾਂ ਨੀ ਮੇਰੇ ਕੋਲ ਸੁਣੀਆਂ ਜਾਂਦੀਆਂ ਤੇਰੇ ਕੋਲ ਨਹੀਂ ਸੁਣੀਆਂ ਜਾਂਦੀਆਂ ਪੁੱਤ ਤੂੰ ਕਮਾ ਕੇ ਦੇ ਦੇ ਉਹਨੂੰ ਉਤਲੀ ਜੇਬ ਕਿਉਂ ਭੁੱਲੀ ਬਸ ਖੁਸ਼ੀ ਨਾ ਭੁੱਲੀ ਸੀ ਪੁੱਤਰ ਉਹ ਵੀ ਖਾਲੀ ਕਰਦੇ ਜਿਹੜੇ ਲੋਕ ਗੁਰਬਤ ਦੀ ਵਜ੍ਹਾ ਤੋਂ ਸਾਡੇ ਤੇ ਥੂ ਥੂ ਕਰਦੇ ਸਨ ਸਾਡੇ ਹੱਥਾਂ ਚ ਲੋਟ ਵੇਖ ਕੇ ਸਾਨੂੰ ਪਿਓ ਕਹਿਣ ਤੇ ਮਜਬੂਰ ਹੋ ਜਾਣਾ ਯਾਰ ਇਹ ਵੀਡੀਓ ਖਤਮ ਕਰਨ ਦਾ ਕਿਆ ਤਰੀਕਾ ਸੀਗਾ ਬਾਈ ਵਾਹ ਮਜ਼ਾ ਆਇਆ ਵੀਡੀਓ ਦਾ ਗੱਲ ਕਰਦੇ ਵੀਡੀਓ ਸਟਾਰਟ ਹੋਈ ਸੀ ਬੋਸ ਤੋਂ ਮਤਲਬ ਲੱਗ ਰਿਹਾ ਸੀਗਾ ਕਿ ਵਿੱਚ ਮਤਲਬ ਉਮਰ ਹੈ ਹੀ ਨਹੀਂ ਬਹੁਤ ਘੱਟ ਹੈ ਬਹੁਤ ਘੱਟ ਹੈ ਮੈਨੂੰ ਲੱਗ ਰਿਹਾ ਸੀਗਾ ਬਿਕੋਜ਼ ਅਸੀਂ ਵੀਡੀਓ ਦੇਖਦੇ ਨਹੀਂ ਹੈ ਨਾ ਪਤਾ ਨਹੀਂ ਹੁੰਦੀ ਕਿੱਦਾਂ ਦੀ ਵੀਡੀਓ ਹੈ ਤੇ ਵਿੱਚ ਸਾਨੂੰ ਸੀਗਾ ਕਿ ਪਤਾ ਨਹੀਂ ਸ਼ਾਇਦ ਗਲਤ ਨਾ ਵੀਡੀਓ ਲਗਾ ਲਈ ਹੈ ਨਾ ਬਟ ਜਦੋਂ ਵਿੱਚ ਹਾਫ ਤੋਂ ਬਾਅਦ ਸ਼ੁਰੂ ਹੋਇਆ ਉਹ ਜਦੋਂ ਇਹਨਾਂ ਦਾ ਹੋ ਗਿਆ ਨਾ ਜਦੋਂ ਦੋਵਾਂ ਦੀ ਟੀਮ ਬਣ ਗਈ ਉਹ ਉਹਨਾਂ ਨੂੰ ਕਹਿਣ ਲੱਗੇ ਉਹਨਾਂ ਨੂੰ ਕਹਿਣ ਲੱਗੇ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਸੀਗਾ ਫਿਰ ਨਹੀਂ ਉਹਨਾਂ ਨੇ ਬੋਰ ਹੋਣ ਦਿੱਤਾ ਬਿਲਕੁਲ ਵੀ ਗਰੀਬੀ ਨੂੰ ਜਾਂ ਮਤਲਬ ਜੇ ਬੰਦੇ ਦਾ ਮਾੜਾ ਟਾਈਮ ਹੋਵੇ ਤਾਂ ਬੰਦਾ ਹਰ ਚੀਜ਼ ਕਰਨ ਨੂੰ ਪਹਿਲਾਂ 10 ਵਾਰੀ ਸੋਚਦਾ ਕਿ ਇਹ ਹੋਏਗਾ ਤੇ ਇਹ ਕਿੱਦਾਂ ਕਰਾਂਗੇ ਉਹ ਹੋਏਗਾ ਤੇ ਉਹ ਕਿੱਦਾਂ ਪੈਸੇ ਕਿੱਥੋਂ ਆਣਗੇ ਆਈ ਥਿੰਕ ਜਿਹੜਾ ਮੁੱਦਾ ਸੀ ਇਸ ਡਰਾਮੇ ਦਾ ਉਹ ਪੈਸਾ ਸੀਗਾ ਤੇ ਸੈਕਿੰਡ ਹਾਫ ਦੇ ਵਿੱਚ ਉਹਨਾਂ ਨੇ ਐਂਟਰਟੇਨਮੈਂਟ ਕਰ ਮਤਲਬ ਐਂਟਰਟੇਨ ਕੀਤਾ ਸਾਨੂੰ ਵਧੀਆ ਹਾਸੇ ਪਾਏ ਤੇ
ਮਤਲਬ ਦੱਸਿਆ ਕਿ ਬਈ ਐਕਚੁਅਲੀ ਇਦਾਂ ਹੀ ਹੁੰਦਾ ਜਿੱਦਾਂ ਤੁਸੀਂ ਸਾਰੇ ਨੇ ਮੂਵੀ ਦੇਖੀ ਹੋਏਗੀ ਸ਼ਾਇਦ ਫੁਕਰੇ ਜਿਹੜੀ ਇੰਡੀਅਨ ਪਿਕਚਰ ਹੈ ਹਿੰਦੀ ਮੂਵੀ ਹੈ ਉਹਦੇ ਵਿੱਚ ਵੀ ਇੱਦਾਂ ਇੱਕ ਫਕੀਰ ਹੁੰਦਾ ਉਹਦੇ ਕੋਲ ਵੀ ਇੰਨਾ ਪੈਸਾ ਹੁੰਦਾ ਇਹ ਨਾ ਐਕਚੁਅਲੀ ਫੈਕਟ ਹੈਗਾ ਕਿ ਜਿਹੜੇ ਫਕੀਰ ਹੁੰਦੇ ਨੇ ਗਰੀਬ ਹੁੰਦੇ ਇਹਨਾਂ ਕੋਲ ਬਹੁਤ ਲੱਖਾਂ ਕਰੋੜਾਂ ਦੀ ਪ੍ਰੋਪਰਟੀ ਹੁੰਦੀ ਹੈ ਤੇ ਇਹਨਾਂ ਨੇ ਇਨਵੈਸਟਮੈਂਟ ਹੋਈਆਂ ਹੁੰਦੀਆਂ ਗੱਡੀਆਂ ਹੁੰਦੀਆਂ ਤੇ ਬਸ ਇਹ ਆਪਣਾ ਬੈਠ ਕੇ ਆਪ ਮੰਗਦੇ ਮੁੰਗਦੇ ਹੁੰਦੇ ਇਹਨਾਂ ਦੀ ਲਾਈਫ ਇੱਦਾਂ ਨਿਕਲ ਜਾਂਦੀ ਹੈ ਤੇ ਪੈਸਾ ਇਹਨਾਂ ਕੋਲ ਬਹੁਤ ਹੁੰਦਾ ਤੇ ਇਹੀ ਇੱਦਾਂ ਇਹ 'ਚ ਦਿਖਾਇਆ ਫੁਕਰੇ ਵਾਲਾ ਵੀ ਬਿਲਕੁਲ ਸੇਮ ਸੀਗਾ ਜੋ ਐਂਡ ਸੀਨ ਦੇ ਵਿੱਚ ਸਾਰੇ ਪੈਸੇ ਕੱਢ ਕੇ ਦਿੰਦਾ ਕਹਿੰਦਾ ਐਲਾ ਕਹਿੰਦਾ ਕਾਹੀ ਲੱਗ ਰਹੀ ਹੈ ਮੇਰੇ ਪੈਸੇ ਉੱਪਰ ਤੇ ਇਹਨਾਂ ਕੋਲ ਇੰਨਾ ਪੈਸਾ ਹੁੰਦਾ ਐਕਚੁਅਲੀ ਇੰਡੀਆ 'ਚ ਕਿੰਨੇ ਫੜੇ ਗਏ ਨੇ ਕਿ ਇਹਨਾਂ ਕੋਲ ਲੱਖਾਂ ਕਰੋੜਾਂ ਪੈਸੇ ਹੁੰਦੇ ਨੇ ਬਟ ਬੇਸਿਕਲੀ ਇਹ ਵੀਡੀਓ ਦੀ ਗੱਲ ਕਰੀਏ ਤੇ ਵੀਡੀਓ ਬਹੁਤ ਐਂਡ ਦੇ ਵਿੱਚ ਜਿਹੜਾ ਉਹਨਾਂ ਨੇ ਅੱਛਾ ਉਹ ਖੜੇ ਬੋਲੀ ਜਾ ਰਹੇ ਸੀਗੇ ਉੱਧਰ ਜੇ ਖੜੇ ਸੀ ਨਾ ਮਾਨੁਲਾ ਸਾਹਿਬ ਅਦਰਵਾਈਜ਼ ਯੂਜੁਅਲੀ ਇਹ ਦੋਵੇਂ ਜਿਹੜੇ ਆਰਟਿਸਟ ਨੇ ਆਪਣੇ ਆਪਣੇ ਲੈਵਲ ਤੇ ਪਰਫਾਰਮ ਕਰਦੇ ਨੇ ਤੇ ਵੱਖਰੇ ਵੱਖਰੇ ਅਸੀਂ ਜੋ ਰਿਵਿਊ ਦਿੰਦੇ ਹਾਂ ਬਟ ਦੋਵੇਂ ਇਕੱਠੇ ਇੱਕੋ ਫਰੇਮ ਦੇ ਵਿੱਚ ਮਤਲਬ ਮਜ਼ਾ ਆਇਆ ਦੇਖ ਕੇ ਤੇ ਉਮੀਦ ਕਰਦੇ ਗਾਇਸ ਕਿ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਡਰਾਮੇ ਦਾ ਨਾਮ ਵੀ ਪਤਾ ਲੱਗ ਗਿਆ ਪਹਿਲਾਂ ਨਹੀਂ ਪਤਾ ਸੀਗਾ ਵਨਡੇ ਇਸ਼ਕ ਪਹਿਲਾਂ ਸਟਾਰਟਿੰਗ 'ਚ ਨਹੀਂ ਪਤਾ ਸੀਗਾ ਬਟ ਵੀਡੀਓ ਦੇਖ ਕੇ ਪਤਾ ਲੱਗ ਗਿਆ ਤੇ ਹੋਪ ਕਰਦੇ ਕਿ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਏਗੀ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਏ ਤੇ ਪਲੀਜ਼ ਸਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅਗਲੀ ਵੀਡੀਓ ਕਿਹੜੀ ਦੇਖਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਦੱਸਿਓ ਤੇ ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਬੇਸ਼ੁਮਾਰ ਪਿਆਰ ਦਿੰਦੇ ਰਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਗਾਇਸ ਸਾਨੂੰ ਦੋ ਇਜਾਜ਼ਤ ਲੈ ਕੇ ਹਾਜ਼ਰ ਹੋਣੇ ਅਗਲੀ ਵੀਡੀਓ ਜੀ ਆਪਣਾ ਧਿਆਨ ਰੱਖੋ ਖੁਸ਼ ਰਹੋ ਸਿਹਤਮੰਦ ਰਹੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਖੁਦਾ ਹਾਫਿਜ਼।